ਇਹਦੀ ਦਿਹਾੜੀ ਕੰਮ ਕਰਦੇ ਸੀ ਇਹਨਾਂ ਦੇ, ਅਸੀਂ ਪੈਸੇ ਲੈਣੇ ਸੀਗੇ। ਬੱਚੀ ਸਾਡੀ ਛੋਟੀ ਆ, 8 ਦਿਨਾਂ ਦੀ ਬੱਚੀ ਹੈ, ਕੇਸ ਕਰਾਉਣਾ ਸੀਗਾ ਅਤੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਹੈਗੇ ਜੀ, ਸਾਨੂੰ ਜ਼ਰੂਰੀ ਸੀਗੀ ਪੈਸਿਆਂ ਦੀ, ਅਤੇ ਇਸ ਕਰਕੇ ਇਹ ਹਮਲਾ ਕਰ ਗਏ ਘਰੇ ਆ ਕੇ। ਇਹ ਟਰੋੜੇ ਮਾਰੇ ਪਹਿਲਾਂ ਇਹਨਾਂ ਨੇ, ਫਿਰ ਕੁੱਟਮਾਰ ਕੀਤੀ, ਫਿਰ 7 ਫੈਲ ਕੀਤੇ ਇਹਨਾਂ ਨੇ, ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ। ਮੰਗ ਕਰਨੀ ਚਾਹੁੰਦੇ ਜੀ, ਸਾਨੂੰ ਇਨਸਾਫ ਚਾਹੀਦਾ ਇਹਨਾਂ ਦਾ, ਵੀ ਇਹ ਤੰਗ ਕਰਦੇ ਨੇ ਗਰੀਬ ਗੁਰਬੇ ਨੂੰ। 4 ਬੰਦੇ ਸੀ ਜੀ, ਇੱਕ ਸੇਠੀ ਕਹਿੰਦੇ, ਸੋਨੀ, ਇੱਕ ਮੱਖਣ, ਇੱਕ ਹੋਰ ਗੁਰਪ੍ਰੀਤ। ਪਿੰਡ ਬੀਲਾ ਹੈ, ਸੋਨੀ ਅਤੇ ਸੇਠੀ ਅਤੇ ਗਾਗੜਗਾ ਮੱਖਣ ਵੀਰੇ, ਇਹਨਾਂ ਨੇ ਮੇਰੇ 'ਤੇ ਫਾਇਰ ਕੀਤੇ ਰਾਤ। ਕਿੰਨੇ ਫਾਇਰ ਕੀਤੇ ਆ? ਇਹਨਾਂ ਨੇ 4 ਤਾਂ ਮੇਰੇ ਉਤੋਂ ਹੀ ਕੀਤੇ ਆ, 3 ਇਹਨਾਂ ਨੇ ਸਵਾਲ ਨਹੀਂ ਕਰਿਆ। ਇਹ ਮਾਮਲਾ ਕੀ ਸੀ? ਮਾਮਲਾ ਕੀ ਵੀਰੇ, ਜਗਦੇਵ ਆ ਮੁੰਡਾ, ਬਿਰਧ ਦਾ ਮੁੰਡਾ ਗਾ, ਉਹਦੇ ਨਾਲ ਕੋਈ ਪੈਸਾ ਪੁਸਾ ਦਿੰਦਾ ਨਾ, ਕੋਈ ਰੰਝ ਸੀਗੀ। ਉਦੋਂ ਬਾਅਦ ਇੱਥੇ ਉਹਨੂੰ ਢਾਈ ਬੈਠੇ ਸੀਗੇ, ਮੇਰੀ ਮਾਤ ਆਈ, ਜੇ ਮੇਰੀ ਮਾਤਾ ਅਤੇ ਮੇਰਾ ਭਰਾ ਨਾ ਆਉਂਦੇ ਤਾਂ ਉਹਨੂੰ ਮਾਰ ਦਿੰਦੇ ਵੀਰੇ। ਉਦੋਂ ਬਾਅਦ ਮਾਇਆ ਕੇ ਇਹਨਾਂ ਦਾ ਖੜਾ ਖੜਾਇਆ ਵੀਰੇ। ਮੈਂ ਜਿਹੜਾ ਗਾਗੜਗਾ ਮੱਖਣਾ ਉਹ ਪਾ ਦਿੰਦਾ ਸੀਗਾ ਉਹ ਚਲਾਇਆ, ਮੈਂ ਬਾਲਾ ਚਲਾ ਜਦੋਂ ਫਿਰ ਭੱਜਿਆ ਵੀਰੇ। ਕਿੰਨੇ ਫਾਇਰ ਕੀਤੇ ਇਹਨਾਂ ਨੇ ਵੀਰੇ? ਉਹਨਾਂ ਨੇ ਕੀਤਾ 7 ਫਾਇਰ, 3-4 ਫਾਇਰ ਮੇਰੇ ਉੱਤੋਂ ਦੇ ਗਏ ਆ, 3 ਉਹਨਾਂ ਨੇ ਕਰਿਆ ਸਮਾਨੀ ਫਾਇਰ ਵੀਰੇ। ਮੈਂ ਆਪਦੇ ਕੰਨੀ ਤੱਕ ਹੀ ਦੇਖਿਆ, ਆਪਾਂ ਕਿਸੇ ਦੀ ਸੁਣੀ ਵੀ ਨਹੀਂ ਕਰਦੇ ਗੱਲ, ਆਪਦੇ ਅੱਖੀ ਸਾਰਾ ਕੁਝ ਦੇਖਿਆ ਮੈਂ, ਜਿਹੜਾ ਕੁਛ ਹੋਇਆ ਵੀਰੇ ਤੁਹਾਡੇ ਸਾਹਮਣੇ। ਮਤਲਬ ਵੀਰੇ ਆਪਣੇ ਰਾਤ ਇਨਕੁਆਇਰੀ ਲਿੱਤੀ ਆ, ਕੋਈ ਕਾਰਵਾਈ ਨਹੀਂ, ਮੈਨੂੰ ਤਾਂ ਯਾਰ ਉਹਨਾਂ ਦਾ ਪਤਾ ਲੱਗਿਆ ਵੀ ਕੀ ਕਰਿਆ ਉਹਨਾਂ ਨੇ। ਮੰਗ ਕੀ? ਵੱਧ ਤੋਂ ਵੱਧ ਵੀਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਮੰਗ ਇਹੀ ਆ। ਮੱਖਣ ਸੀ, ਸੇਠੀ ਸੀ, ਸੋਨੀ ਸੀ, ਜਦੋਂ ਅਸੀਂ ਸੁਣਾਉਣ ਲੱਗੇ ਵੀ ਇਹਨਾਂ ਨੇ ਸਾਡੇ 'ਤੇ ਵੀ ਗੋਲੀਆਂ ਚਲਾ ਦਿੱਤੀਆਂ ਜੀ, ਬਾਅਦ 'ਚ ਰਫਣਾ ਲਿਆ ਕੇ। ਉਹਦੇ ਨਾਲ ਤਾਂ ਕੋਈ ਦਿਹਾੜੀ ਦੁਹੜੀ ਦਾ ਮਸਲਾ ਹੀ ਸੀ, ਪੈਸਿਆਂ ਪੁਸਿਆਂ ਬਹੁਤ ਸਾਈ ਸੀ ਰਾਤ ਜੀ, ਕਰਬੀ ਦਾ ਕੋਈ ਪਤਾ ਨਹੀਂ ਸਾਨੂੰ ਕੀ ਹੋ, ਨਜਾਇਜ਼ ਮੌਤ ਹੋ ਸਕਦੀ ਜਦੋਂ ਜਿਹੜੇ ਹਿਸਾਬ ਨਾਲ ਇਹਨਾਂ ਨੇ ਫਾਇਰਿੰਗ ਕੀਤੀ ਆ ਜੀ, ਸਾਡੇ 'ਤੇ ਫਾਇਰਿੰਗ ਹੋਈ ਤਾਂ ਹੀ ਅਸੀਂ ਬੋਲੇ ਹਾਂ ਜੀ। ਰਾਤ ਕਰੀਬ 8:15-8:30 ਵਜੇ ਮਲੇਬ ਕਦਮ ਜਿਹੜਾ ਜਗਦੇਵ ਸਿੰਘ, ਇਹ ਆਪਦੇ ਘਰ ਨੂੰ ਆ ਰਿਹਾ ਸੀ। ਤਾਂ ਅੱਗੇ ਤੋਂ ਜਿਹੜਾ ਸੋਨੀ ਅਤੇ ਸੇਠੀ ਆ, ਦੋਨੇ ਭਰਾ ਗੱਡੀ ਲੈ ਕੇ ਆ ਗਏ ਉੱਥੇ, ਸਫਾਰੀ ਗੱਡੀ ਸੀ ਕਾਲੇ ਰੰਗ ਦੀ। ਇਹ ਆਸ 'ਚ ਜਿਹੜਾ ਆਪਣਾ ਵਧਾਈ ਮੁਕਦਮਾ ਇਹਨਾਂ ਨਾਲ ਦਿਹਾੜੀ ਦੁੜੀ ਜਾਂਦਾ ਰਿਹਾ, ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦਾ ਆਸ 'ਚ। ਇਹ ਗੱਲਬਾਤ ਕਰਦੇ ਕਰਦੇ ਆਪਸ 'ਚ ਝਗੜ ਪਏ ਉੱਥੇ, ਝਗੜ ਤੋਂ ਬਾਅਦ ਇਹ ਘਰ ਨੂੰ ਚਲੇ ਗਏ ਆਪਦੇ ਗੱਡੀ ਲੈ ਕੇ। ਕੁਛ ਸਮੇਂ ਬਾਅਦ ਇਹ ਫਿਰ ਉੱਥੇ ਸੋਨੀ, ਸੇਠੀ, ਇਹਨਾਂ ਨਾਲ ਇੱਕ ਮੱਖਣ ਸੀਗਾ ਅਤੇ ਗੁਰਪ੍ਰੀਤ, ਇੱਕ ਅਣਪਛਾਤਾ ਵਿਅਕਤੀ, 5 ਜਣੇ ਇਹ 2 ਰਾਈਫਲਾਂ ਅਤੇ 1 ਪਿਸਟਲ ਲੈ ਕੇ, ਰਿਵਾਲਵਰ ਲੈ ਕੇ ਉੱਥੇ ਆ ਗਏ। ਇਹਨਾਂ ਨੇ ਹਵਾਈ ਫਾਇਰ ਕੀਤੇ ਅਤੇ ਉਹਦੇ ਪਹਿਲਾਂ ਉਹਦੇ ਸਿਰ ਦੇ ਵਿੱਚ ਸੱਟ ਵੀ ਵੱਜੀ ਸੀਗੀ, ਜਦੋਂ ਇਹ ਆਪਸੇ ਝਗੜੇ ਸੀਗੇ ਮਲਾਈ ਮੁਕਦਮਾ ਦੇ, ਸਿਰ ਦੇ ਵਿੱਚ ਕੜਾ ਕੁੜਾ ਵੱਜਿਆ ਲਿਖਾਇਆ ਉਹਨੇ। ਜਿਸ 'ਤੇ ਮੁਕਦਮਾ ਨੰਬਰ 59 ਮਿਤੀ 7/9/19 ਅੰਡਰ ਸੈਕਸ਼ਨ 323, 294, 336, 148, 149 UPC 25/1 ਦਾ ਦਰਜ ਕਰ ਦਿੱਤਾ ਦੋਸ਼ੀਆਂ ਦੇ ਖਿਲਾਫ਼। ਇਹ ਰੇਡਾਂ ਕੀਤੀਆਂ ਜਾ ਰਹੀਆਂ, ਭਾਲ ਜਾ ਰਹੀ ਹੈ ਇਹਨਾਂ ਦੀ। ਹਵਾਈ ਫਾਇਰ ਜ਼ਰੂਰ ਹੋਏ ਨੇ, 4-5 ਦੱਸ ਰਹੇ ਹਵਾਈ ਫਾਇਰ, ਵੀ 3-1 ਰਹੇ ਹੋਏ, 2-3-1 ਨੇ ਕੀਤੇ ਆ, ਪਰ ਉਹਦੇ ਵੀ ਮੂਲੀ ਸੱਟ ਹੀ ਆ ਸਿਰ ਦੇ ਵਿੱਚ ਜਿਹੜੀ ਲੱਗੀ, ਉਹ ਵੀ ਕੜੇ ਨਾਲ ਲੱਗੀ ਆ, ਫਾਇਰ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ।